ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਤਾਜ਼ਾ ਵੱਡੀ ਖਬਰ ਦੇ ਵਿੱਚ ਆਖਰ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ CBSE ਸਕੂਲ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ ਕੀ ਹੈ ਖਬਰ ਪੂਰੀ ਜਾਣਨ ਦੇ ਲਈ ਵੀਡੀਓ ਪੂਰੀ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਕਰੋਨਾ ਦੀ ਹਹਾਕਾਰ ਦੇ ਕਰਕੇ ਦੇਸ਼ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਜਿਸ ਦਾ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਜ਼ਿਆਦਾ ਮਾੜਾ ਅਸਰ ਪਿਆ ਹੈ ਬੱਚਿਆਂ ਨੂੰ ਆਨਲਾਈਨ ਕਲਾਸਾਂ ਲਗਾ ਕੇ ਪੜਾਇਆ ਜਾ ਰਿਹਾ ਤੇ ਕਈ ਪ੍ਰੀਖਿਆਵਾਂ ਵੀ ਰੱਦ ਕੀਤੀਆਂ ਗਈਆਂ ਸੰਤਾਜੋ ਇਸ ਵਾਇਰਸ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ CBSE ਦੀ 12ਵੀਂ ਦੀ ਪ੍ਰੀਖਿਆਵਾਂ ਦੇ ਕਿਸੇ ਵਿੱਚ ਵਿੱਚ ਅਸਫਲ ਰਹਿਣ ਤੇ ਚੱਲਦਿਆਂ ਕਪਾਰਟਮੈਂਟ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਨੂੰ ਵੀ ਅੱਜ ਵੱਡੀ ਰਾਹਤ ਮਿਲੀ ਹੈ ਜੀ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਇਹ ਤੈਅ ਕੀਤਾ ਗਿਆ ਹੈ ਕਿ ਇਹਨਾਂ ਵਿਦਿਆਰਥੀਆਂ ਦਾ ਇੱਕ ਸਾਲ ਬਰਬਾਦ ਨਹੀਂ ਹੋਵੇਗਾ ਇਹਨਾਂ ਨੂੰ ਕਾਲਜਾਂ ਵਿੱਚ ਦਾਖਲਾ ਮਿਲ ਸਕੇਗਾ ਪਿਛਲੀ ਸੁਣਵਾਈ ਵਿੱਚ ਜਸਟਿਸ ਦੀ ਅਗਵਾਈ ਵਿੱਚ ਬੈਂਚ ਦੀ ਅਪਾਰਟਮੈਂਟ ਦੇ ਰਹੇ ਕਰੀਬ 2 ਲੱਖ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਜਤਾਈ ਸੀ ਤੇ ਸੀਬੀਐਸਸੀ ਤੇ ਯੂਜੀਸੀ ਨੂੰ ਮਸਲੇ ਦਾ ਹੱਲ ਕੱਢਣ ਲਈ ਕਿਹਾ ਗਿਆ ਸੀ ਅੱਜ ਸੀਬੀਐਸਸੀ ਨੇ ਕੋਰਟ ਨੂੰ ਦੱਸਿਆ ਹੈ ਕਿ ਅਪਾਰਟਮੈਂਟ ਪ੍ਰੀਖਿਆਵਾਂ ਦਾ ਰਿਜ਼ਲਟ 10 ਅਕਤੂਬਰ ਤੱਕ ਐਲਾਨ ਦਿੱਤਾ ਜਾਵੇਗਾ ਉੱਥੇ ਹੀ ਯੂਜੀਸੀ ਨੇ ਦੱਸਿਆ ਹੈ ਕਿ ਉਹਦੇ ਵਿਦਿਆਕ ਕੈਲੰਡਰ ਮੁਤਾਬਕ ਕਾਲਜ ਵਿੱਚ ਦਾਖਲਾ 31 ਅਕਤੂਬਰ ਤੱਕ ਹੋ ਸਕਦਾ ਹੈ। ਕੋਰਟ ਦੇ ਦੋਵਾਂ ਦੇ ਬਿਆਨ ਤੇ ਤਸੱਲੀ ਪ੍ਰਗਟਾਈ ਅਤੇ ਕੋਰਟ ਨੇ ਮੰਨਿਆ ਹੈ ਕਿ ਇਸ ਨਾਲ ਵਿਦਿਆਰਥੀਆਂ ਨੂੰ ਕਾਲਜ ਐਡਮਿਸ਼ਨ ਲਈ ਲੋੜੀਦਾ ਸਮਾਂ ਮਿਲ ਜਾਵੇਗਾ। ਪਟੀਸ਼ਨ ਕਰਤਾ ਮਾ ਅੰਕਿਤਾ ਸੰਵੇਦੀ ਲਈ ਪੇਸ਼ ਵਕੀਲ ਬੁਵੇਕਾ ਤਨਖਾ ਨੇ ਵੀ ਕੋਰਟ ਸੀਬੀਐਸਸੀ ਤੇ ਯੂਜੀਸੀ ਦਾ ਸ਼ੁਕਰਾਨਾ ਕੀਤਾ ਹੈ। ਤੋਂ ਬਾਅਦ ਕੋਰਟ ਨੇ ਮਾਮਲਾ ਬੰਦ ਕਰ ਦਿੱਤਾ ਹੈ। ਏਸੀਜੀ ਹੋਂ ਦੀ ਤਾਜ਼ਾ ਵੱਡੀ ਖਬਰ ਐ ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੀ ਸਾਰੇ ਪਾਸੇ ਤਾਂ ਕਿ ਖਬਰ ਦੀ ਇਨਫੋਰਮੇਸ਼ਨ ਹਰੇਕ ਪੰਜਾਬ ਵਸਤੱਕ ਪਹੁੰਚੇ ਧੰਨਵਾਦ